ਪਿਛਲੇ ਦਿਨੀ ਬਠਿੰਡਾ ਦੇ ਰਾਈਸ ਸੈਲਰ ਵਿੱਚ ਭਾਰੀ ਮਾਤਰਾ ਵਿੱਚ ਚੌਲਾਂ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਚੋਰੀ ਦੀ ਵਾਰਦਾਤ ਕਰਨ ਵਾਲੇ 5 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ਫੜੇ ਗਏ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਮੰਨੀਏ ਤਾਂ ਗਿਰੋਹ ਦੇ ਕੁੱਲ 17 ਮੈਂਬਰ ਹਨ, ਜਿਨ੍ਹਾਂ ਵਿੱਚੋਂ ਪੁਲਿਸ ਨੇ 5 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਬਾਕੀ 12 ਆਰੋਪੀਆਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ। ਫੜੇ ਗਏ ਆਰੋਪੀਆਂ ਤੋਂ ਪੁਲਿਸ ਨੇ 3 ਕੁਇੰਟਲ ਚੋਰ ਵਾਰਦਾਤ ਵਿੱਚ ਵਰਤੀ ਗਈ ਇੱਕ ਗੱਡੀ ਤੇ ਇੱਕ ਬਾਈਕ ਤੇ ਮਾਰੂ ਹਥਿਆਰ ਬਰਾਮਦ ਕੀਤੇ ਹਨ। FIR ਦਰਜ ਹੋਈ ਸੀ ਚੋਰੀ ਦੀ 26/20 ਇੱਕ ਸ਼ੈਲਰ ਤੋਂ ਚੋਰੀ ਹੋਈ ਸੀਗੀ, ਜਿਸ ਸੰਬੰਧੀ ਜਿਹੜਾ ਸਾਡੀ CA1 ਦੀ ਟੀਮ ਨੇ ਬੜੀ ਵਧੀਆ ਕਾਰਗੁਜ਼ਾਰੀ ਤਹਿਤ ਉਹ 'ਚੋਂ 5 ਬੰਦੇ ਅਰੈਸਟ ਕੀਤੇ ਔਰ 300 ਕੁਇੰਟਲ ਦੇ ਕਰੀਬ ਜਿਹੜਾ ਹੈਗਾ ਉਹ ਝੋਨਾ ਬਰਾਮਦ ਕੀਤੇ, ਚੌਲ ਬਰਾਮਦ ਕੀਤੇ ਆ, ਜਿਸ ਵਿੱਚ ਉਹਨਾਂ ਵੱਲੋਂ ਜਿਹੜੀਆਂ ਗੱਡੀਆਂ 'ਤੇ ਵਾਰਦਾਤ ਕੀਤੀ ਸੀ ਉਹ ਗੱਡੀਆਂ ਬਰਾਮਦ ਹੋ ਗਈਆਂ। ਚੋਰੀ ਕੀਤਾ ਮੋਟਰਸਾਈਕਲ, ਮੋਬਾਈਲ ਅਤੇ ਜਿਹੜੇ ਕੁਛ ਵੈਪਨ ਉਹਨਾਂ ਤੋਂ ਉਹ ਰਿਕਵਰ ਹੋ ਗਏ ਨੇ। ਅਜੇ 5 ਬੰਦੇ ਅਸੀਂ ਅਰੈਸਟ ਕਰ ਲਏ ਆ, ਬਾਕੀ 12 ਬੰਦੇ ਅਜੇ ਤਕਰੀਬਨ ਹੋਰ ਰਹਿੰਦੇ ਆ ਜਿਹੜੇ ਅਰੈਸਟ ਕਰਨ ਵਾਲੇ। ਵੈਪਨ ਜਿਹੜੇ ਰਿਕਵਰ ਜਿਹੜੇ ਹੋਏ ਜੀ ਉਹ ਹੁਣ ਤੱਕ ਕਿਰਪਾਨ ਅਤੇ ਜੋ ਉਹਨਾਂ ਨੇ ਡੰਡੇ ਵਗੈਰਾ ਜਿਹੜੇ ਉਹ ਰਿਕਵਰ ਹੋਏ ਜੀ। ਬਾਕੀ ਪੁੱਛਗਿੱਛ ਦੇ ਮੁਤਾਬਕ ਜਿਹੜਾ ਹੈਗਾ ਜੀ ਉਹਨਾਂ ਕੋਲ ਵੈਪਨ ਵੀ ਸੀ ਅਤੇ ਔਰ ਉਹ ਵੀ ਰਿਕਵਰ ਕੀਤੇ ਜਾਣੇ। ਦੋ ਜਣਿਆਂ ਤੇ NDP ਸੈਕਟਰ ਦੇ ਮੁਕੱਦਮੇ ਦਰਜ ਆ ਜੀ, ਪਹਿਲਾਂ ਇੱਕ ਤੇ ਇੱਕ ਚੋਰੀ ਦਾ ਮੁਕੱਦਮਾ ਵੀ ਆ। ਬਾਕੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਤੇ ਔਰ ਇਹਨਾਂ ਸੰਬੰਧਿਤ ਥਾਣੇ ਤੋਂ ਜਿਹੜਾ ਰਿਕਾਰਡ ਲੈ ਕੇ ਹੀ ਦੱਸੇ ਜਾ ਸਕਦੇ। ਸਮੱਸਿਆ ਕੋਈ ਵੀ ਹੋਵੇ ਜੜ ਤੋਂ ਖਤਮ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਜਿਵੇਂ ਮਨ ਚਾਹਿਆ ਪਿਆਰ, ਪਤੀ ਪਤਨੀ 'ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੇ ਵਸ ਵਿੱਚ ਕਰਵਾਉਣ ਲਈ ਸੰਪਰਕ ਕਰੋ ਬਾਬਾ ਗੁਰਦੇਵ ਸਿੰਘ ਜੀ। ਤੁਸੀਂ ਸੰਪਰਕ ਕਰ ਸਕਦੇ ਹੋ 95013 71801।